ਬੋਲ ਕੇ ਟਾਈਮ ਦੱਸਦੀ ਫੈਸਲ ਭਾਈ 11 ਵਜ ਗਏ ਉੱਠੇ ਨਾ ਬੋਲ ਕੇ ਟਾਈਮ ਦੱਸਦੀ ਆਹੋ ਉਹ ਕਿਚ ਸੈੱਲ ਪਵਾ ਬੈਠਾ ਵਾ तेरी बेपरवाही सजना मैनू मार गई सानू ते जी लैन दो सानू ते जी लैन दो तो तुम की पता बस तेरे पता दुनिया की है जब से तेरे नैना बंद करो एक मिनट कितने सफर तक कर रही यार के आंख लगी तेरी माड़ी बांह कितने बालन रखी बांह लगे मोटे तो रखी तो परे ले जा सासन तो मैं इतना गलत है बच्चा बोलना एक साल सिख जांदा किथे बोलना कदों बोलना सारी जिंदगी नहीं पता चलदा पर तुसीं अपने बैनर छपा लो मैं जैनवर कह रहा ना छपाए सी लोग रोड़े मार मार लाते ठीक हो गया तेरी बेपरवाही सजना मैनू चलो बंद करो ये बंद कर साजे हुण वीडियो बना सी देखी है तू घर जाके देख ले हैंड फ्री ला ले सारे ने डिस्टर्ब किया हो यार ते कन्ना ही तुसी रूम ले लो सारे जने कल मैं घड़ी का रेट लुआ बैठा उस्ताद जी मैं बेईमान हो गया घड़ी रखण वाली है वेचण वाली नहीं है फैसल साहब घड़ी चेक करो मतलब विदाउट स्क्रिप्ट सुटी है नहीं नहीं तुसी सुटी है ना बच फिर गई तुसी हिसाब ला लो कि इस घड़ी दा रेट मिठा जी जेन्युइन हुण तुहानूं दस्सा रिस्क हलाल नूं कुछ नहीं हुंदा भाई चंद बंदे दी वजह पूरा मुल्क पकड़ दकड़ चाया होया वा सिर्फ चंद बंदे दोवां दी वजह तों सूजी ने बच्चे दे ते हांजी भैन उहने माशाल्लाह चार बच्चे दे ते ਉਨੇ ਫਰੀਦ ਇਹ ਚੀਜ਼ਾਂ ਜਿਹੜੀਆਂ ਨੇ ਨਾ ਹੁਣ ਵੇਖ ਹੁਣ ਸੋਨਾ ਜਿਹੜਾ ਮੈਂ ਨਹੀਂ ਪਾਉਂਦਾ ਮੈਂ ਅੰਗੂਠੀਆਂ ਉਂਝ ਰੱਖੀਆਂ ਸੋਨਾ ਠੀਕ ਆ ਅੰਗੂਠੀਆਂ ਮੇਰੇ ਕੋਲ ਮਾਸ਼ਾਅੱਲਾ ਨਾਲ ਮੇਰੇ ਕੋਲ ਨੀਲਮ ਪਾਇਆ ਨੀਲਮ ਤੈਨੂੰ ਪਤਾ ਮੈਂ ਕਿੰਨੇ ਸ਼ੌਕ ਨਾਲ ਕਿਹੜਾ 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 ਪੱਥਰ ਨੀਲਮ ਨੀਲਮ ਇਹ ਪਹਿਲਾਂ ਕਾਤੋਂ ਨਹੀਂ ਪਾਉਂਦੇ ਨੀਲਮ ਇਹ ਜਦੋਂ ਪਾਉਂਦੇ ਭਾਈ ਫੜੇ ਜਾਂਦੇ ਜਿਹਦੀ ਹੁੰਦੀ ਆ ਉਹ ਭਾਈ ਪਛਾਣ ਲੈਂਦਾ ਹੁੰਦਾ ਪਾਉਂਦੇ ਹੀ ਨਹੀਂ ਇਸ ਪੂਰੇ ਰੋਡ ਤੇ ਜਿੱਥੇ ਰਹਿੰਦੇ ਨੇ ਪੱਥਰ ਨਹੀਂ ਪਿਆ
ਤੇ ਨੀਲਮ ਪਾਉਂਦੇ ਆ। ਜਨਾਬ ਤੁਸੀਂ ਇਹ ਗੱਲ ਕਰ ਰਹੇ ਨਾ, ਮੇਰੇ ਕੋਲ ਘੜੀ ਆ ਮਿੱਠੇ ਉਹ ਮੋੜ ਨਾ ਲੱਗਦੀ। ਜਿਹੜੇ ਮੈਂ ਚੰਦ ਬੰਦੇ ਦੱਸਿਆ ਸੀ ਨਾ ਵੀ ਪਕੜ ਤਕੜ ਚ, ਉਹਨਾਂ ਦੀ ਵਜ੍ਹਾ ਤੋਂ ਨੇ, ਤੂੰ ਵੀ ਉਹਨਾਂ ਚ ਸ਼ੁਮਾਰ ਹੋ ਗਿਆ। ਓਏ ਓਏ ਕੀ ਗਿਆ ਫਰੀਦ ਦੇ ਕੋਲ ਘੜੀ ਅੱਛੀ ਹੈਗੀ ਫਰੀਦ। ਲਾਈਟ ਬਲੇਗੀ, ਟਾਈਮ ਦੱਸੇਗੀ, ਫਿਰ ਤੁਸੀਂ ਮੂੰਹ ਭਰੇ ਕਰੋ। ਜਿਹੜੀ ਤੂੰ ਸੁੱਟੀ ਆ, ਮੇਰਾ ਯਾਰ ਨੀ ਸ਼ਹਿਜ਼ਾਦ ਕਪੂਰ, ਉਹਨੇ ਮੈਨੂੰ ਇੱਕ ਘੜੀ ਗਿਫਟ ਕੀਤੀ ਆ ਭਰਾਵਾ, ਉਹ ਬੋਲ ਕੇ ਟਾਈਮ ਦੱਸਦੀ ਫੈਸਲ ਬਾਈ 11 ਵਜੇ ਉੱਠੇ ਨਾ ਆਓ। ਆਪਸੀ ਗੱਲ ਬਾਹਰ ਨਾ ਜਾਏ, ਗੱਲ ਕਹਿੰਦੇ ਫੈਲਣੀ ਨੀ ਚਾਹੀਦੀ। ਜਿਹੜੇ 1.5 ਲੱਖ ਦੀ ਘੜੀ ਪਾਉਂਦੇ ਨਾ, ਉਹਨਾਂ ਦੀਆਂ ਅੱਖਾਂ ਇੱਧਰ ਟੈਂਕੀ ਦੇ ਢੱਕਣ ਵਰਗੀਆਂ ਨੀ ਹੁੰਦੀਆਂ, ਗੱਲ ਇੱਥੇ ਰਹਿਣੀ ਚਾਹੀਦੀ। ਫਰੀਦ ਉਹਨਾਂ ਦੀ ਘੜੀ ਆ, ਉਹ ਇਹਦੀ ਇਹੀ ਉਹਨਾਂ ਦਾ ਹੌਸਲਾ ਵਾ ਵੱਡਾ ਪਾਉਂਦਾ, ਉਹਨੇ ਬੜੀ ਘੜੀ ਦੀ ਸਾਡੇ ਚ ਗੱਲ ਕਰ ਲਈ। ਬੜੀਆਂ ਬੜੀਆਂ ਘੜੀਆਂ ਯਾਰ, ਮੈਂ ਆਪਣੀ ਕਜ਼ਨ ਦੇ ਨਾਲ ਸ਼ਾਦੀ ਤੇ ਗਿਆ ਸੀ ਨਾ, ਉੱਥੇ ਕੈਮਰਾਮੈਨ ਦੀ ਲਾਈਟ ਨਹੀਂ ਹੁੰਦੀ ਉੱਪਰ। ਉਹ ਘੜੀ ਦੀ ਘੜੀ ਹੁੰਦੀ ਆ ਇਹ ਪੂਰੀ 40,000 ਰੁਪਇਆ ਫੈਸਲ ਸਾਹਿਬ ਨੂੰ ਦੱਸੋ, ਇਹਨੇ ਪੁਰਾਣੀ ਦਾ ਕਰਕੇ ਰੇਟ ਲਾਇਆ। ਤੇਰੀ ਘੜੀ ਦੀ ਕੀਮਤ ਸੋਹਣੀ ਲੱਗ ਗਈ, ਇਹਨੂੰ ਭੇਜ ਦੇ। ਘੜੀਆਂ ਜਿਹੜੀਆਂ ਨਾ ਪਰਾਇਆ ਤੁਹਾਨੂੰ ਨਹੀਂ ਫਰੀਦ, ਜਦੋਂ ਮਰਜ਼ੀ ਗਨ ਪੁਆਇੰਟ ਤੇ ਭਾਈ ਕੋਈ ਵੀ ਲਾ ਲੈਂਦੇ ਸਿੱਧੀ ਸਾਹਿਬ। ਮੈਂ ਤੇ ਘੜੀਆਂ ਦੇ ਮਤਲਬ ਬੈਲਟ ਪੀਲੇ ਕਰਦੀ। ਮੇਰੀ ਗੱਲ ਸੁਣੋ ਫਰੀਦ ਬਾਦਸ਼ਾਹ, ਇਹਨਾਂ ਘੜੀਆਂ ਯਕੀਨ ਨਾ ਕਰੀ, ਇਹ ਅੱਜ ਕਿਸੇ ਦੇ ਗੁੱਟ ਤੇ, ਕੱਲ ਕਿਸੇ ਦੇ ਗੁੱਟ ਤੇ, ਸਮਝੀ ਗੱਲ। ਤੁਸੀਂ ਸਿਰਫ ਆਪਣੀ ਘੜੀ ਦਾ ਮਾਣ ਕਰ ਸਕਦੇ ਹੋ, ਕਿਸੇ ਦੀ ਘੜੀ ਦਾ, ਯਾਨੀ ਕਿ ਘੜੀ ਮੁਨਾਫਕ ਨਹੀਂ ਹੋਣੀ ਚਾਹੀਦੀ ਯਾਰ। ਇਹ ਚੀਜ਼ ਆ, ਘੜੀ ਨਸਲੀ ਹੋਵੇ, ਭਾਵੇਂ ਕਿਹੜੀ ਮਰਜ਼ੀ, ਭਾਵੇਂ ਪਟੇਲੀ ਹੋਵੇ, ਪਰ ਹੋਵੇ ਨਸਲੀ। ਹਾਂ ਹਾਂ ਬਸ, ਇਹ ਵਰਗਾ ਬੰਦਾ ਨਾ ਫਰੂਟ ਵਾਲੀ ਰੇੜੀ ਤੇ ਅਗਲੇ ਨਾਲ ਇੱਜ਼ਤ ਕਰਨ ਦਾ, ਮੈਨੂੰ ਗਲੇ ਦੇ, ਮੈਂ ਉਹ ਹੀ ਖਾਣੇ। ਤੂੰ ਮੈਨੂੰ ਘੜੀ ਦਾ, ਤੈਨੂੰ ਪਤਾ ਹੀ ਨਹੀਂ ਹੈਗਾ ਘੜੀ ਲਵਰ ਹੁੰਦੇ ਕੀ ਨੇ। ਇਹ ਵੇ ਨਾ ਘੜੀਆਂ ਘੜਨ ਵਾਲੇ ਘੜੀਆਂ ਇੰਜ ਘੜੀਆਂ, ਕਈ ਆਸ ਘੜੀਆਂ, ਕਈ ਵਿਆਸ ਘੜੀਆਂ, ਹੱਸਦਿਆਂ ਵਸਦਿਆਂ ਨੂੰ ਨਜ਼ਰਾਂ ਲੱਗ ਜਾਂਦੀਆਂ, ਕਈ ਕਰ ਜਾਂਦੀਆਂ ਨੇ ਉਦਾਸ ਘੜੀਆਂ। ਇਹ ਉਹ ਘੜੀਆਂ ਨੇ, ਇਸ ਘੜੀ ਦੀ ਕਦਰ ਕਰੋ। ਜਿਸ ਬੰਦੇ ਦੇ ਗੁੱਟ ਤੇ ਘੜੀ ਹੁੰਦੀ ਨਾ, ਵਕਤ ਦਾ ਔਰ ਆਪਣੇ ਕਾਮਯਾਬੀ ਦੇ ਦੌਰ ਦਾ ਪਾਬੰਦ ਹੁੰਦਾ। ਦੇਖ ਤੇਰੀਆਂ ਗੱਲਾਂ ਦਾ ਕਿੱਦਾਂ ਯਸ ਨੂੰ ਕਰਨੇ, ਕੋਈ ਮੈਂ ਆਣਾ ਹੈ ਨਾ ਹੁਣ ਭੈਣ ਦੇ ਨਾਲ, ਹੁਣ ਸ਼ੋਅ ਜਿਹੜਾ ਟੀ ਟਾਈਮ ਚ ਕਰਨਾ ਹੈਗਾ ਫਰੀਦ ਸਾਹਿਬ, ਮੈਂ ਬ੍ਰੈਸਲੈਟ ਬਣਾਇਆ ਸਲਮਾਨ ਭਾਈ ਦੇ, ਦੇਖਿਆ ਸੀ ਮੈਂ, ਠੀਕ ਹੈ, ਸਲਮਾਨ ਖਾਨ ਸਾਹਿਬ ਦੇ ਬ੍ਰੈਸਲੈਟ ਫਰੋਜ਼ੇ ਵਾਲਾ, ਉਹਦੇ ਨਾਲ ਦਾ ਮੈਂ ਬ੍ਰੈਸਲੈਟ ਬਣਵਾਇਆ। ਆਹ ਮੈਨੂੰ ਦੱਸਿਆ ਵੀ ਤੂੰ ਬਣਵਾਇਆ ਸੀ। ਅਮਿਤਾਭ ਸਾਹਿਬ ਨੇ ਜਿਹੜਾ ਨੀਲਮ ਅੰਗੂਠੀ ਪਾਈ ਹੈ, ਮੈਂ ਉਹ ਅੰਗੂਠੀ ਬਣਵਾਈ ਹੈ, ਸ਼ੇਰ ਦਾ ਲੋਕਟ, ਠੀਕ ਹੈ, ਸ਼ੇਰ ਦਾ ਨਾਖੁਨ ਜਿਹੜਾ, ਠੀਕ ਹੈ, ਉਹ ਮੈਂ ਬਣਵਾਇਆ ਹੈਗਾ। ਉੱਥੇ ਜਾਣਾ ਨਹੀਂ ਤੂੰ ਕੰਮ ਸੀ, ਤੇ ਇੱਕ ਮਿੰਟ ਇੱਥੇ ਦੇ ਦੇ, ਉਹਨੇ ਪੂਰਾ ਚਿੜੀਆ ਘਰ ਖੋਲਿਆ ਹੋਇਆ। ਨਹੀਂ, ਚਿੜੀਆ ਘਰ ਨਹੀਂ ਖੋਲਿਆ ਭਰਾਵਾ, ਫੈਸਿਲਿਟੀਜ਼, ਅਗਰ ਫੈਸਿਲਿਟੀ ਹੈ ਨਾ, ਹੁਣ ਫਰੀਦ ਮਾਸ਼ਾਅੱਲਾ 22,000 ਰੁਪਏ ਦੀ ਸ਼ਰਟ ਪਾ ਕੇ ਆ ਰਹੇ ਆ, ਠੀਕ ਇੱਥੇ ਆ, ਉਹਨੂੰ ਟੋਕ ਨਹੀਂ ਲੱਗਾ ਹੁੰਦਾ ਇੱਥੋਂ, ਆ ਖੁਰ ਐਦਾਂ ਖੁਰਕੀ ਦਾ ਨਹੀਂ ਪਾ ਕੇ ਭਾਈ, ਇਹ ਸਾਡੇ ਵਾਲੇ ਬਿੱਲ ਤੇ ਇਤਜਾਜ ਕਰਨਦੇ ਤੁਸੀਂ, ਇਹਦੇ ਕੱਲ ਦੇ ਕੰਮ ਸੁਣੋ, ਕੁੱਤਿਆਂ ਦੀ ਜਿੱਥੇ ਲੜਾਈ ਹੁੰਦੀ ਹੈ ਉੱਥੇ ਭਾਈ ਆਪਣਾ ਮੂੰਹ ਨਵੇਟ ਕੇ ਫਿਰੇ। ਕਿਉਂ? ਮੈਂ ਕਿਹਾ ਕਾਤੋਂ ਨਵੇਟ ਕੇ ਫਿਰਨੇ, ਕਹਿੰਦਾ ਯਾਰ ਬੰਦੇ ਲੜਨ ਦਾ ਕਹਿੰਦੇ, ਐਡਾ ਪਾਗਲ, ਕੁੱਤਿਆਂ ਦੀ ਲੜਾਈ ਵੇਖ ਕੇ ਤੇ ਬਾਹਰ ਆਪਣੇ ਆਪ ਨੂੰ ਤੇਲ ਮਲਣ ਦਾ, ਤੇਰਾ ਉੱਤੇ ਕੀ ਲੈਣਾ ਦੇਣਾ। ਕੁੱਤਿਆਂ ਦੀ ਲੜਾਈ ਦੇ ਵਿੱਚ ਨੇ ਕੁੱਤੇ ਨੇ ਚੰਗਾ ਲੜ ਲੜ ਕੇ ਨਾ ਬਾਹਰ ਆ ਕੇ ਮੈਨੂੰ ਧੱਕਾ ਕਿਹਨੇ ਦਿੱਤਾ ਸੀਗਾ, ਤੂੰ ਤਾਂ ਹੁਣ ਲੜ ਪਿਆ ਬਸ, ਠੀਕ ਆ। ਕੁੱਤਿਆਂ ਦੀ ਲੜਾਈ 'ਚ ਭਾਈ ਭੱਜੋ ਫਿਰ ਹੁੰਦੇ ਆ, ਪਦਲ ਹੋਇਆ, ਮੈਂ ਕਿਹਾ ਖੈਰ, ਕਹਿੰਦਾ ਯਾਰ ਛੋਟੇ ਭਰਾ ਨੂੰ ਲੱਭਣ ਨੂੰ। ਉਹ ਯਾਰ ਕੁੱਤਿਆਂ ਦੀ ਲੜਾਈ 'ਚ ਮੂੰਹ ਕਾਲਾ, ਇਹਨੇ ਇਹ ਕੁੱਕੜ ਲੈ ਗਿਆ ਆਪਣਾ ਲੜਾਈ ਤੇ ਭਾਈ, ਇਹਨੇ ਐਂ ਕਰਕੇ ਆਪਣਾ ਕੁੱਕਰ ਛੱਡਿਆ, ਉਹ ਭਾਈ ਫੇਰ ਇਹਨੂੰ ਮੋੜ ਕੇ ਜੱਫੀਆਂ ਪਾਈ ਆਈ ਕੁੱਕੜ ਦੇ ਦਿਲ 'ਚ, ਇਹ ਕਿਤੇ ਬਾਹਰ ਚੱਲਾ।
ਕਾਲੂ ਭਾਈ ਫੇਰ ਲੈ ਗਿਆ ਫਰੀਦ ਭਾਈ ਕੁੱਕਰ ਆਪਣਾ, ਇਹਨੇ ਐ ਕਰਕੇ ਆਪਣਾ ਕੁੱਕਰ ਛੱਡਿਆ, ਉਹਨੇ ਭਾਈ ਪੂਰਾ ਗਰਾਊਂਡ ਹੀ ਬਿੱਠੋ ਬਿੱਟੀ ਕੀਤਾ, ਉਹ ਦੂਜਾ ਬਿੱਟੀ ਕੀਤਾ ਯਾਰ, ਉਦਾਂ ਹੀ ਜਿਤਾ ਦੋ ਇਹਨੂੰ ਭਾਈ। ਕੁੱਕਰ ਨੂੰ ਜਲਾਉਣ ਗਿਆ ਤਾਂ ਉਹਦੇ ਗਲੇ ਚ ਜੋਨ ਸੀ ਨਾਲ ਤਾਲਾ ਪਾਇਆ ਤੇ ਕੁੱਕਰ ਆਇਆ ਜਾਂ। ਲਓ ਜੀ ਮੈਂ ਕੁੱਕੜਾਂ ਦੀ ਕੁੱਕੜ ਮੈਂ ਬਹੁਤ ਮਹਿੰਗਾ ਰੱਖਿਆ ਸੀ, ਲੇਕਿਨ ਮੈਂ ਕਬੂਤਰਾਂ ਦੀ ਜੁੜੀ ਆ ਜਿਹੜੀ ਪਿਛਲੇ ਦਿਨ 1.5 ਲੱਖ ਰੁਪਏ ਦੀ ਜੁੜੀ ਲਿਆਉਣੀ। ਮੇਰੇ ਅੱਬੂ ਨਾ ਬੰਗਲਾਦੇਸ਼ ਤੋਂ ਕਬੂਤਰ ਲੈ ਗਏ ਸੀ, ਚੂਹੇ ਚੰਦਨ ਉਹਨਾਂ ਦਾ ਨਾਮ ਸੀਗਾ, ਉਹਦੀ ਨਸਲ ਸੀਗੀ ਕਬੂਤਰਾਂ ਦਾ, ਕਬੂਤਰਾਂ ਦਾ ਉਹ ਆਇਆ ਸੀ 2.5 ਲੱਖ ਰੁਪਏ। ਉਹਨਾਂ ਦੀ ਖਸੂਸੀਅਤ ਪਤਾ ਕੀ ਸੀ? ਕੀ ਸੀ ਜੀ? ਉਹਨਾਂ ਨੂੰ ਦੋ ਕਬੂਤਰ ਸੀਗੇ ਤੇ ਉਹਨਾਂ ਨੂੰ ਇੱਥੇ ਖਿਲਾਰ ਦੇਈਦਾ ਸੀ ਤੇ ਮੇਰੇ ਅੱਬੂ ਕਹਿੰਦੇ ਸੀ 1 2 3 ਤੇ ਉਹ ਨਸਣਾ ਸ਼ੁਰੂ ਕਰ ਦਿੰਦੇ ਸੀ, ਦੀਵਾਰ ਨੂੰ ਹੱਥ ਲਾ ਕੇ ਫੇਰ ਆਉਂਦੇ ਸੀ, ਗੇਂਦ ਵੀ ਚੁੱਕਦੇ ਸੀ। ਬੂਲੀ ਕੁੱਤੇ ਲੈ ਕੇ ਆਉਂਦੇ ਸੀਗੇ ਕਬੂਤਰ। ਮੈਂ ਕਬੂਤਰ ਲੈ, ਨਹੀਂ ਇੱਕ ਸੈਕਿੰਡ ਯਾਰ, ਤੂੰ 1.5 ਲੱਖ ਦੇ ਕਿੱਦਾਂ ਕਬੂਤਰ ਲੈ ਲਿਆ? ਤੂੰ ਸਹੁਰੇ ਇਸ ਗੱਲ ਤੋਂ ਛੱਡੇ ਕਿ ਮੈਨੂੰ ਪੈਰਾਡੋਲ ਨਹੀਂ ਲੈ ਕੇ ਦਿੱਤੀ ਉਹਨਾਂ ਨੇ, ਤੇ ਤੂੰ ਕਿੱਦਾਂ 1.5 ਲੱਖ ਦੇ? ਹੁਣ ਮੈਂ ਚਾਂਦੀ ਦਾ ਬ੍ਰੈਸਲੈਟ ਪਾਣਾ ਮੈਂ ਸੁਲਮਾਨ ਸਾਹਿਬ ਨੂੰ ਵੇਖ ਕੇ, ਹਾਂ ਉਹ ਜਿਹੜਾ ਲਿਆਂਦਾ ਵੀ ਸੀ, ਉਸ ਤੋਂ ਬਾਅਦ ਮੈਂ ਨੀਲਮ ਅਮਿਤਾਭ ਸਾਹਿਬ ਨੂੰ ਵੇਖ ਕੇ ਮੈਂ ਮੁਤਾਸਰ ਹਾਂ, ਮੈਂ ਨੀਲਮ ਲਿਆਂਦੇ ਉਹ 95,000 ਦਾ ਜਿਹੜਾ ਬਣਿਆ ਸੀ। ਹਾਂ ਵੇਖ ਲੈ, ਅਮਿਤਾਭ ਬੱਚਨ ਨੂੰ ਦੇਖ ਕੇ ਬ੍ਰੈਸਲੈਟ ਬਣਾ ਲਿਆ, ਸਲਮਾਨ ਖਾਨ ਨੂੰ ਦੇਖ ਕੇ ਨਕੀਨਾ ਬਣਾ ਲਿਆ, ਤੇ ਅੱਬੇ ਨੂੰ ਵੇਖ ਕੇ ਰਾਹ ਬਦਲਣ ਦੇ ਸੀਗੇ। ਇਹ ਪੂਰੀ ਦੁਨੀਆ ਨੂੰ ਪਤਾ ਜਿੰਨਾ ਫੈਸਲ ਰਾਮੇ ਆਪਣੇ ਵੱਡਿਆਂ ਦਾ ਇਤਰਾਮ ਕਰਦਾ, ਸ਼ਾਇਦ ਹੀ ਕੋਈ ਕਰਦਾ ਹੋਵੇ। ਨਹੀਂ ਤੁਸੀਂ ਆਪਣੇ ਵਾਰਸਾਂ ਦਾ ਇਤਰਾਮ ਕਰਦੇ ਸੀ, ਇਹਨਾਂ ਦਾ ਖੰਜਰ ਮਾਰੇ ਹਨ, ਠੀਕ ਇਹ ਨਹੀਂ ਸੀ ਕਰਦਾ ਆਪਣੇ ਵਾਰਸਾਂ ਦਾ ਇਤਰਾਮ, ਇਹ ਤਾਂ ਕਿਸੇ ਦੇ ਵਾਲਾ ਦਾ ਵੀ ਇਤਰਾਮ ਕਰਦਾ ਸੀ, ਉਹ ਵੀ ਸਾਡਾ ਹੀ ਲੱਗਦਾ। ਜ਼ਿੰਦਗੀ ਦੇ ਵਿੱਚ ਬੜੇ ਬੜੇ ਔਖੇ ਟਾਈਮ ਆ ਜਾਂਦੇ, ਇਦਾਂ ਦੀਆਂ ਝੂਠ ਸੀ ਬੋਲੀ ਵਿੱਚ, ਕੋਈ ਮਸਲਾ ਨਹੀਂ ਹੈ, ਤੁਸੀਂ ਨਹੀਂ ਟੈਨਸ਼ਨ ਆ ਤੇ ਕੋਈ ਹੋਰ ਗੱਲ ਕਰ। ਜ਼ਿੰਦਗੀ ਰਹੀ ਨਾ ਤੁਸੀਂ, ਮੈਂ ਆਪਣੀ ਲਗਜ਼ਰੀ ਲਾਈਫ ਨੂੰ ਮੈਂ ਕਹਿ ਰਿਹਾ ਵਾਂ, ਅਮਿਤਾਭ ਸਾਹਿਬ ਵਰਗੀ ਅੰਗੂਠੀ ਪਾਈ ਮੇਰੀ ਜ਼ਿੰਦਗੀ ਰਹੀ, ਮੈਂ ਇੱਥੇ ਸਾਰੇ ਫਨਕਾਰ ਲੈ ਕੇ ਆਣੇ, ਮੈਂ ਅਮਿਤਾਭ ਸਾਹਿਬ ਨੂੰ ਵੀ ਲੈ ਕੇ ਆਣਾ ਵਾ, ਦਲੀਪ ਸਾਹਿਬ ਨੂੰ ਲੈ ਕੇ ਆਣਾ। ਫੌਤ ਹੋ ਗਈ ਅਮਿਤਾਭ ਸਾਹਿਬ, ਤੇਰਾ ਦਿਮਾਗ ਠੀਕ ਆ? ਉਹ ਤੇ ਅਜੇ ਦੇਵਗਨ ਸੀਗਾ, ਫੌਤ ਹੋਇਆ ਨਹੀਂ ਭਾਈ, ਕੀ ਹੋ ਗਿਆ? ਓਏ ਉਹ ਦਲੀਪ ਸਾਹਿਬ ਫੌਤ ਹੋਇਆ, ਉਹ ਭਾਈ ਨੈਟ ਤੋਂ ਦੇਖ ਲਾ, ਸਾਰੀ ਇੰਡਸਟਰੀ ਨੇ ਇਧਰ ਉਧਰ ਕਰ ਦੇਣਾ, ਨੈਟ ਤੋਂ ਦੇਖ ਲਓ। ਰੇਡੀਓ ਵੇਚ ਤੋਂ ਤੁਹਾਨੂੰ ਕਹਿੰਦੇ ਆ, ਟੀਵੀ ਲਾ ਲਓ ਕੋਈ, ਰੋਟੀ ਪੈਣ ਲੱਗੀ ਆ, ਕੋਈ ਰੌਲਾ ਨਹੀਂ ਆਸਾ, ਘਬਰਾਓ ਨਾ, ਨਹੀਂ ਮਰੇ ਯਾਰ, ਕਿਉਂ ਤੁਸੀਂ ਜੀਂਦਿਆਂ ਨੂੰ ਮਾਰਨ ਦੇ? ਉਸਤਾਦ ਜੀ 41 ਤੇ ਆਪਣੇ ਫੈਸਲਾਬਾਦ ਦਾ ਚੈਨਲ ਜਿਹੜਾ, ਉੱਥੇ ਖਬਰ ਆਈ ਆ? ਨਹੀਂ ਆਈ, ਤੇ ਫਿਰ ਮਰੇ ਆ? ਹਾਂਜੀ, ਫੈਸਲਾ ਕਰ ਦੇਣਾ ਕਾਲੂ, ਖਾਲੀ ਬੱਸ ਹੋਵੇ ਨਾ ਟੋਟਲ, ਤੇ ਐਂਡ ਵਾਲੀ ਬੱਸ ਹੋਵੇ, ਉਸ ਤੋਂ ਇਲਾਵਾ ਮੇਰੇ ਕੋਈ ਆਪਸ਼ਨ ਨਾ ਹੋਵੇ, ਤੇ ਵਿੱਚ ਬੈਠਾ ਹੋਵੇ ਤੂੰ, ਖੁਦਾ ਦੀ ਕਸਮ ਮੈਂ ਤੇਰਾ ਸਫ਼ਰ ਨਾ ਕਰਾਂ। ਤੂੰ ਬੜੀ ਹਿੰਮਤ ਲਾ ਕੇ ਬੈਠਾ, ਇਹਨੂੰ ਮੁੰਡੇ ਤੁਰਦਾ ਫਿਰਦਾ ਗਟਰ ਕਹਿੰਦੇ ਇਹਨੂੰ। ਹੈਲੋ, ਸਹੀ ਕਹਿੰਦੇ ਆ, ਦੇਖ ਲਿਓ ਭਾਈ ਰਾਜ ਅਮਿਤਾਭ ਸਾਹਿਬ ਹੈ ਨੇ, ਹੈ ਫਰੀਦ ਭਾਈ ਦੋਵਾਂ ਨੇ ਨੰਬਰ ਤੇ ਜਹਾਜ਼ ਲਾਇਆ ਸੀ, ਵੇਖ ਕੈਸੇ ਕਾਲ ਕਰ। ਸਾਡੇ ਲਈ ਤਾਂ ਦੁਆਵਾਂ ਹੀ ਉਹਨਾਂ ਦੇ ਨਾਲ ਆ, ਤੁਸੀਂ ਹੁਣ ਉਹਨਾਂ ਨੂੰ ਕੀ ਕਹਿਣਾ, ਜੁੱਤੀ ਲੈ ਕੇ ਆਉਣੀ ਉਹਨਾਂ ਦੇ। ਉਸਤਾਦ ਜੀ ਹੁਣ ਤੁਸੀਂ ਜਦੋਂ ਆਏ ਆ ਪੈਟਰੋਲ ਪੰਪ ਤੋਂ ਤੇਲ ਪਵਾਇਆ ਵਾ? ਮੈਂ ਪਵਾਇਆ ਸੀਗਾ। ਰਸ਼ ਹੈਗਾ ਸੀ ਜਾਂ ਨਹੀਂ? ਰਸ਼ ਤਾਂ ਕੋਈ ਨਹੀਂ ਸੀ। ਤੇ ਫੇਰ ਮਰੇ ਆ ਯਾਰ, ਰਸ਼ ਦਾ ਤਾਂ ਉਹਨਾਂ ਕੀ ਤਾਂ ਲੱਗਾ ਯਾਰ। ਤਾਂ ਜਦੋਂ ਉਸਤਾਦ ਜੀ ਤੁਸੀਂ ਹੁਣ ਆਏ ਆ ਤੇ ਹਲਕੀ ਹਲਕੀ ਭੂਰ ਪੈਣ ਡਈ ਸੀਗੀ, ਥੱਲੇ ਕੋਈ ਚਿੱਕੜ ਵਗੈਰਾ ਹੈਗਾ ਸੀਗਾ? ਨਹੀਂ ਹਲਕੀ। ਤੇ ਫੇਰ ਮਰੇ ਆ?
ਪਰ ਮੇਰੇ ਹੱਥੋਂ ਤੂੰ ਵੀ ਜਾਣੇ ਹੀ ਨੋਨ ਮੈਂ ਤੈਨੂੰ ਇੱਕ ਗੱਲ ਕਰਨ ਡਿਆ ਫੈਸਲ ਜਦੋਂ ਉਹਨੇ ਮੈਨੂੰ ਜਾਣਦੇ ਇਹਨਾਂ ਕੋ ਪੁੱਛ ਲੈ ਮੇਰਾ ਮੈਂ ਕਿੰਨਾ ਪਾਵਰਫੁਲ ਉਹਨੇ ਸਬੂਤ ਦਿੱਤੇ ਇੱਕ ਮਿੰਟ ਦਲੀਲਾਂ ਉਹਦੀਆਂ ਸੁਣ ਲਓ ਫੈਸਲ ਸਾਹਿਬ ਹੁਣ ਇਸ ਤੋਂ ਗਾਂ ਉਹ ਬੰਦਾ ਕੀ ਦੱਸੇ ਆਵਾਜ਼ ਤੂੰ ਦੱਸ ਭਾਈ ਮੈਂ ਜਿੱਦਾਂ ਉਹ ਕਹਿੰਦੇ ਆ ਵਾ ਮੈਨੂੰ ਲੱਗਦਾ ਮਰੇ ਬਸ ਯਾਰ ਇੱਕ ਸੈਕਿੰਡ ਮੇਰੀ ਗੱਲ ਸੁਣੋ ਕਾਲੂ ਮੈਂ ਹਸਪਤਾਲ 'ਚ ਪਿਆ ਹੋਵਾਂ ਬਿਮਾਰੀ ਮੈਂ ਆਖਰੀ ਸਟੇਜ 'ਤੇ ਹੋਵਾਂ ਤੇ ਉਸ ਹਸਪਤਾਲ 'ਚ ਤੂੰ ਬਾਅਦ ਇਕੱਲਾ ਹੀ ਡਾਕਟਰ ਹੋਵੇ ਤੇ ਤੂੰ ਹੀ ਮੈਨੂੰ ਬਚਾਉਣਾ ਹੋਵੇ ਮੈਂ ਕਹਿਣਾ ਪਰ ਮਾਰ ਦੇ ਮੈਂ ਕੁਝ ਬਰਦਾਸ਼ਤ ਹੋ ਰਿਹਾ ਕਿਤੇ ਸਾਬਣ ਬੰਦ ਹੋ ਗਿਆ ਮੈਂ ਕੂਣੇ ਯਾਰ ਬੈਠੇ ਤੂੰ ਚਵਲਾ ਮਾਰ ਖਾਦੀ ਵੀ ਬਹਿ ਗਈ ਮੇਰੇ ਨਾਲ ਲੱਕ ਲਾਣ ਤੋਂ ਜਿੱਦਾਂ ਖਾਦੀ ਮੈਨੂੰ ਪਤਾ ਪਰ ਤੂੰ ਚਵਲਾ ਮਾਰਦਾ ਤੂੰ ਸਾਡਾ ਵੀ ਧਿਆਨ ਪੋਈ ਜਾਣ ਦੇ ਸ਼ਰਤ ਲਾ ਲੈ ਉਹ ਜਿਉਂਦੇ ਨੇ ਲਾ ਲਓ ਸ਼ਰਤ ਲਾਓ ਮੇਰੇ ਕੋ ਦੋ ਪਏ ਜਿਹੜਾ ਮਰਜ਼ੀ ਲੈ ਲਈ ਹੋਰ ਦੱਸ ਯਾਰ ਜੇ ਮੀਤਾ ਬੱਚਨ ਚਵਲਾ ਮਾਰ ਤੂੰ ਜਦੋਂ ਨਹਾ ਕੇ ਬਾਹਰ ਨਿਕਲਦਾ ਤੋਰੀਆਂ ਦਾ ਸਿਰ ਸਾਫ ਕਰਦਾ ਹਾਂ ਜਿਉਂਦੇ ਆ ਨਹੀਂ ਉਸਤਾਦ ਜੀ ਉਸਤਾਦ ਜੀ ਤੁਸੀਂ ਮੋਟਰਸਾਈਕਲ ਤੇ ਜਦੋਂ ਆਏ ਆ ਗੇਟ ਨੂੰ ਤਾਲਾ ਲੱਗਾ ਸੀਗਾ ਲੱਗਾ ਸੀ ਤੇ ਮਰੇ ਆ ਜਦੋਂ ਮੈਂ ਆਇਆ ਵਾ ਤੇ ਛੋਟਾ ਦਰਵਾਜ਼ਾ ਤੂੰ ਖੋਲੇ ਵਾ ਨਹੀਂ ਫਿਰ ਜਿੰਦੇ ਆ ਯਾਰ ਇਹ ਕਾਲੂ ਕੀ ਚਵਲਾ ਮਾਰ ਕਾਲੂ ਤੂੰ ਕਿੰਨੇ ਵਜੇ ਘਰ ਜਾਂਦਾ ਮੈਂ ਜਦੋਂ ਉੱਥੋਂ ਛੁੱਟੀ ਹੋ ਕੇ ਚਲੇ ਯਾਰ ਵੀ ਤਾਂ ਵਜੇ ਭਾਵੇਂ ਜਿੰਦਾ ਜਾਂ ਮਰਾ ਹੁਣੇ ਚੱਲ ਜਾ ਸੀ ਮਰ ਜਾਣਾ ਤੇਰੀ ਬੇਰ ਪਰ ਕਾਲੂ ਨਿਕਲ ਜਾ ਤੇਰਾ ਹੱਲ ਕੱਢਦੇ ਆ ਬਾਹਾਂ ਥੱਲੇ ਕਰ ਹੁਣ ਮਿੱਠੇ ਨੂੰ ਕੋਈ ਗੱਲ ਨਹੀਂ ਕਰਨੀ ਠੀਕ ਹੈ ਪਿੱਛੋ ਕੇ ਬਹਿ ਯਾਰ ਲੱਕ ਲਾਤਾ ਫੋੜਾ ਫੇਂਦਾ ਪੜ੍ਹਿਆ ਲਿਖਿਆ ਨੀ ਆਖਿਆ ਸਤਿਆ ਬੰਦਾ ਮੇਰੇ ਤੋਂ ਬਾਅਦ ਪੜ੍ਹਿਆ ਲਿਖਿਆ ਉਹੀ ਪਹਿਲੇ ਨੰਬਰ ਤੇ ਹਾਲ ਹੀ ਦੇ ਵਿਚ ਇੰਡੀਆ ਦਾ ਜਿਹੜਾ ਸੁਪਰ ਸਟਾਰ ਫੌਤ ਹੋਏ ਸਨ ਉਹ ਦਲੀਪ ਕੁਮਾਰ ਸਾਹਿਬ ਸਨ ਨਾ ਦਲੀਪ ਕੁਮਾਰ ਸਾਹਿਬ ਰਿਸ਼ੀ ਕਪੂਰ ਸਾਹਿਬ ਸੁਸ਼ਾਂਤ ਉਹ ਜਿਹੜੇ ਇੱਕ ਜਰਾਸਿਕ ਵਰਲਡ ਚ ਸੀਗੇ ਸ਼ੁਕਰ ਕਰ ਉਹਨੇ ਜਵਾਬ ਦੇ ਦਿੱਤਾ ਨਹੀਂ ਤੂੰ ਇਹ ਨੀ ਕਹਿਤਾ ਪਤਾ ਨੀ ਮੈਂ ਤਾਂ ਰਹੀ ਦਵਾਈ ਆ ਇੱਕ ਮਿੰਟ ਠਹਿਰ ਜਾਓ ਫੈਸਲ ਸਾਹਿਬ ਲਓ ਜੀ ਤੁਸੀਂ ਸਾਰੀਆਂ ਦਲੀਲਾਂ ਇਸ ਬੱਚੇ ਦੀਆਂ ਸੁਣਨਾ ਇਹਨਾਂ ਅੱਗੇ ਕੀ ਦਿੱਤੀਆਂ ਦਲੀਲਾਂ ਇਹਨੇ ਕਿਹਾ ਜੀ ਬਾਰਿਸ਼ ਹੋ ਰਹੀ ਸੀ ਸੁਬਹ ਕਿਣ-ਮਿਣ ਪੈਣ ਦੀ ਰਸ਼ ਨਹੀਂ ਸੀ ਹੈ ਇਹਨਾਂ ਕਿਹਾ ਨਹੀਂ ਹੈ ਉਹਨਾਂ ਕਿਹਾ ਫੌਤ ਹੋ ਗਏ ਫਿਰ ਉਹਨੇ ਕਿਹਾ ਜੀ ਕਿ ਬਾਹਰ ਪੰਪ ਤੇ ਤੁਸੀਂ ਪੈਟਰੋਲ ਪਵਾਇਆ ਪੈਟਰੋਲ ਦੇ ਬੰਦੇ ਨਹੀਂ ਸੀ ਹੈ ਇਹਨੇ ਕਿਹਾ ਨਹੀਂ ਹੈ ਫੌਤ ਹੋ ਗਏ ਹਰ ਜੀ ਉਹਨਾਂ ਨੇ ਕਿਹਾ ਜੀਓ ਤੇ ਖਬਰ ਹੀ ਨਹੀਂ ਚੱਲੀ ਹੈਗੀ ਵੀ ਉਹ ਜ਼ਿੰਦਾ ਨੇ ਉਹ ਤੇ ਯਾਰ ਫਿਰ ਇਸ ਤੋਂ ਗਾਂ ਫੈਸਲ ਸਾਹਿਬ ਤੁਹਾਡੀ ਇੱਕ ਐਡੀ ਗੰਦੀ ਸੋਚ ਹੈ ਨਾ ਆਵੇਂ ਲੱਤ ਅੜਾਈ ਜਾਣੀ ਹੁੰਦੀ ਫਰੀਦ ਤੂੰ ਹੁਣ ਮੇਰੇ ਨਾਲ ਸ਼ਰਤ ਲਾ 5000 ਨਾਲ ਮੈਂ 5000 ਦਾਂਗਾ ਜੇ ਮੈਂ ਹਰ ਗਿਆ ਅਖਬਾਰ ਪੜ੍ਹ ਕੇ ਗਾਲਾਂ ਕੱਢਦਾ ਹੁੰਦਾ ਆਪਣੇ ਆਪ ਨੂੰ ਮੈਂ ਕਿੱਥੇ ਆ ਗਿਆ ਮੈਂ ਉੱਥੇ ਜੀਤ ਮੇਰੀ ਗੱਲ ਸੁਣ 5000 ਰੁਪਇਆ ਇਹਨਾਂ ਨੇ ਦੇਣਾ ਜੇ ਉਹ ਫੌਤ 2000 ਰੁਪਇਆ ਮੈਂ ਦੇਣਾ ਜੇ ਨਾ ਹੋਏ ਫੌਤ ਉਸਤਾਦ ਸੁੱਤੇ ਪਏ ਇੱਕ ਮਿੰਟ ਜੇ ਨਹੀਂ ਨਾ ਤੇ ਹਿੰਮਤ ਹੈ ਕੋ ਸਾਬਣ ਲੈਣ ਦੀ ਜਾਂ ਤੇਰੇ ਕੋ ਅਤਰ ਲੈਣ ਦੀ ਹਲਕੀ ਜੀ ਨਿਆਜ਼ ਬੂ ਇੰਜ ਰਗੜ ਕੇ ਨਾ ਉਹ ਫੁੱਲ ਮਿਲਦਾ ਫ੍ਰੀ ਇੰਜ ਰਗੜ ਕੇ ਤੇ ਮਾੜਾ ਜਿਹਾ ਕਰਦੇ ਕਰ ਤਾਨੂੰ ਤਾਂ ਕਿਤੇ ਭਰਵੱਟੇ ਚਿੱਟੇ ਕਰਤੇ ਅੱਲਾਹ ਖਲਾ ਨਾ ਤੇਰੇ ਤੇ ਵੀ ਯਾਦ ਆਸ਼ ਗੁੰਮ ਹੋ ਗਈ ਮੇਰੀ ਉਹ ਪੈਸੇ ਟੇਬਲ ਤੇ ਰੱਖ ਕੇ ਫੇਰ ਸ਼ਰਤ ਹੋਣੀ ਹੈ ਅੱਲਾਹ ਤੋਂ ਉਧਰਲੀ ਲੱਤ ਰੱਖ ਇੱਥੇ ਇਦਾਂ ਚਲੋ ਉਹ ਮੈਂ ਕਿਤੇ ਗੋਦ ਯਾਰ ਉਹ ਪਰਾਂ ਕਿਤੇ ਗੋਦ ਨਾ ਇਹਨੂੰ ਕੰਮ ਫੈਲਦਾ ਵਾ ਨਾ ਇੰਨਾ ਹਲਾਓ ਇਹਨੂੰ ਉਹ ਯਾਰ ਭਰਾਵਾ ਟੇਬਲ ਤੇ ਪੈਸੇ ਰੱਖ ਫੇਰ ਸ਼ਰਤ ਹੋਣੀ
ਚਲੋ ਜੀ ਟੇਬਲ ਤੇ ਪੈਸੇ ਰੱਖ ਦੇ ਲਓ ਜੀ ਫਰੀਦ ਲੋ ਭਾਈ ਸਲਮਾਨ ਰੱਖੇਗਾ ਸਲਮਾਨ ਸਾਹਿਬ ਯਾਰ ਇੱਕ ਮਿੰਟ ਸ਼ਰਤਾਂ ਤੁਸੀਂ ਲਾਉਂਦੇ ਵਾਕੀ ਕਿਉਂ ਮਤਲਬ ਕਿਆ ਗੱਲ ਉਹ ਕਿਤੇ ਅੱਲਾ ਦੇ ਬੰਦੇ ਯਾਰ ਉੱਠ ਕੇ ਚਲੇ ਜਾਈਦਾ ਉਹ ਗੱਲ ਤੇਰੀ ਹੋ ਗਈ ਆ ਉਹ ਕਿਤੇ ਮਾੜੀ ਸਵਾਹ ਮਲਿਆ ਕਰ ਦੰਦਾਂ ਤੇ ਓਏ ਦਾਦੀ ਤੇਰੇ ਬਹੁਤ ਮਾੜੇ ਆ ਕਿਤੇ ਕੜੀ ਖਾਂਦਾ ਰਿਹਾ ਸਾਰੀ ਜ਼ਿੰਦਗੀ ਫੈਸਲ ਭਾਈ ਕੀ ਕਰਦੇ ਹੋ ਤੁਸੀਂ ਭਰਾਵਾ ਸਾਨੂੰ ਤੇ ਨਹੀਂ ਆ ਰਹੀ ਭਾਈ ਜਾਨ ਤੁਸੀਂ 5000 ਰੁਪਏ ਤੇ ਰੱਖੋ ਭਾਈ ਤੁਸੀਂ ਪਹਿਲੇ ਰੱਖੋ ਭਾਜੀ 5000 ਰੁਪਏ ਰੱਖੋ ਤੁਸੀਂ ਪਹਿਲੇ ਰੱਖੋ ਮੈਂ ਰੱਖ ਲਓ ਜੀ 2000 ਰੁਪਏ ਸਲਮਾਨ ਦੇ 2000 ਰੁਪਏ ਮੈਂ ਹੁਣ ਫੈਸਲ ਸਾਹਿਬ ਹਿੱਲਣ ਨਹੀਂ ਦੇਣਾ ਚੱਲ ਲਿਆ ਮੈਂ ਹਿੱਲਣ ਨਹੀਂ ਦੇਣਾ ਉਹ ਠਹਿਰ ਜਾ ਗਾਰੰਟੀ ਤੁਹਾਡੀ ਹਾਂ ਗਾਰੰਟੀ ਤੇ ਤੁਹਾਡੀ ਗਾਰੰਟੀ ਕੋਈ ਫੈਸਲ ਭਾਈ ਸਾਡੇ ਵੱਡੇ ਭਰਾ ਵਾ ਸਾਡੇ ਉਹ ਯਾਰ ਗਾਰੰਟੀ ਕੀ ਯਾਰ ਓ ਯਾਰ ਤੂੰ ਪੈਸੇ ਕੱਢ ਮੈਂ ਇੱਥੇ ਰੱਖ ਸਲਮਾਨ ਦੇ ਪੈਸੇ ਨੂੰ ਪੈਸੇ ਕੱਢ ਕੇ ਦੇ ਚਲੋ ਇੱਥੇ ਰੱਖ ਪੈਸੇ ਉਸ ਪੈਸੇ ਦੇ ਨਾ ਸਲਮਾਨ ਇਹ ਮੇਰਾ ਬੈਗ ਮੈਂ ਤੈਨੂੰ ਹਿੱਲਣ ਨਹੀਂ ਦੇਣਾ ਹੁਣ ਫੈਸਲ ਸਹੀ ਮਰੇ ਅਗੇ ਹਰ ਜਣਾ ਕੋਈ ਯਾਰ ਮੀਤਾ ਬਚਨ ਮਰਿਆ ਨੀ ਹਜ਼ਾਰ ਦਾ ਖਲਕਾ ਜਾਂ ਗਰੂਦਗੀ ਚ ਸਹੀ ਨੀ ਹਾਲੋ ਭਾਜੀ ਮੈਂ ਤੁਹਾਨੂੰ ਹਿੱਲਣ ਨੀ ਦੇਣਾ ਤੇ ਮੈਂ ਨਾ ਇਹ 2000 ਰੁਪਇਆ ਮੈਂ ਤੁਹਾਡੇ ਕੋਲ 5 ਲੈਣਾ ਲੈ ਇਹ 2000 ਰੁਪਇਆ ਆ ਗਿਆ ਤੁਸੀਂ ਗੂਗਲ ਕਰੋ ਭਾਜੀ ਕਰੋ ਹਾਂ ਹੈਲੋ ਉਹ ਯਾਰ ਇੱਥੇ ਸਿਗਨਲ ਦਾ ਮਸਲਾ ਵਾ ਬਾਹਰ ਨਿਕਲ ਕੇ ਕਰਦੇ ਹਾਂ ਅਮਿਤਾ ਹੁਣ ਬੋਲ ਇੱਥੇ ਆਵਾਜ਼ ਨਹੀਂ ਆਣ ਰਹੀ ਅਮਿਤਾ ਬਚਨ ਲੋ ਜੀ ਭਾਜੀ ਲਿਖੋ ਨਾ ਡਾਈਡ ਔਰ ਲਾਈਵ ਬੈਂਡ ਲਾਈਵ ਜਿੰਦਾ ਹੈ ਸਰ ਉਹ ਕਹਿੰਦੇ ਹੈ ਹੁੰਦਾ ਨੇ ਉਹ ਕਿੱਥੇ ਹੈ ਲੋ ਲਾਈਵ ਉਹ ਦੇਖੋ ਕੰਨ ਨੂੰ ਫੋਨ ਲਾ ਕੇ ਤਾਂ ਨਿਕਲ ਗਿਆ ਨਵਾਬ ਸਾਹਿਬ ਤੁਸੀਂ ਵੀ ਤਾਂ ਗਲਤ ਕਰਦੇ ਹੋ ਤੇਰੇ ਕੋ ਪੈਸੇ ਲਾਣੇ ਆ ਗਾਰੰਟੀ ਤੇਰੀ ਆ ਤੇ ਪਹਿਲੇ ਕਿੰਨੇ ਦਿੱਤੇ ਮੈਂ ਤੁਹਾਨੂੰ ਕਿਹਾ ਮੈਂ ਪੈਸੇ ਲੈਣੇ ਉਹ ਭਾਈ ਮੇਰੇ 2000 ਰੁਪਏ ਲੈ ਕੇ ਗਏ ਯਾਰ ਮੈਂ 2000 ਮੈਂ ਕਦੇ ਉੱਤੇ ਲਾਏ ਸੀ ਯਾਰ ਕਿੱਥੇ ਉਹਨੂੰ ਵੇਖੀਓ ਸੋ ਯਾਰ ਗੱਲ ਨਹੀਂ ਸੁਣੀ ਉਹ ਵੀ ਤਾਂ ਗਿਆ ਫਰੀਦ ਨੂੰ ਬੁਲਾ ਉਹਦਾ ਇੰਨਾ ਕਿਉਂ ਨਹੀਂ ਮੇਰੇ ਗੁੱਸਾ ਆਇਆ ਨੇ ਦਿਮਾਗ ਬੰਦ ਕੀਤੇ ਪਏ ਲੱਖ ਲਾਣਾ ਤਾਂ ਅਕਾਲ ਹੀ ਨਹੀਂ ਹਟਦਾ ਕਿਸੇ ਪਾਸੇ ਯਾਰ ਮੈਂ ਕਦੇ ਤੇ ਲਾਏ ਪੈਸੇ ਯਾਰ ਮੈਨੂੰ ਪਤਾ ਮੈਨੂੰ ਨਹੀਂ ਪਤਾ ਮੈਂ ਤੈਨੂੰ ਕਹਿਣ ਦੇ ਮੈਂ ਲੈਣੇ ਆ ਬੰਦਾ ਗਾਰੰਟੀ ਦੇ ਰਿਹਾ ਨਾ ਉਹਦੀ ਉਹਨੇ ਡੋਨ ਨੇ ਗਾਰੰਟੀ ਨਹੀਂ ਦਿੱਤੀ ਕੀ ਹੋਇਆ ਉਹਨਾ ਚਲਾ ਗਿਆ ਫਰੀਦ ਘਰ ਫਰੀਦ ਮੋਟਰਸਾਈਕਲ ਤੇ ਕਹਿੰਦਾ ਘਰ ਚਲਾ ਗਿਆ ਤੇ ਇਹਨੂੰ ਮੈਂ ਛੱਡਣਾ ਨਹੀਂ ਉਹ ਮੇਰੀ ਸਟੇਕ ਫੜ ਕੇ ਲਿਆ ਕਰ ਚਲਾ ਗਿਆ ਉਹ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਣ ਦੀ ਮੇਰਾ ਕਦੇ ਤੇ ਲੱਗਾ ਸੀ 2000 ਯਾਰ ਬਿਠੇ ਅਮਿਤਾ ਬਚਨ ਸਾਹਿਬ ਜ਼ਿੰਦਾ ਨੇ ਪਤਾ ਨਹੀਂ ਭਾਜੀ ਮੈਨੂੰ ਲੱਗਦਾ ਫਿਰ ਉਹ ਜ਼ਿੰਦਾ ਨੇ ਕਿ ਪਤਾ ਨਹੀਂ ਮਰ ਗਏ ਮੇਰਾ 2000 ਮਰ ਗਿਆ